फगवाड़े दे विच बहुत ही एक चंगा चीज होने वाली है सत्संग कह सकते हैं उसे एक मेडिटेशन के तौर पर भी कह सकते हैं क्योंकि असं बड़े भागां वाले हाँ कि उस चीज का एक हिस्सा बनन जा रहे हैं क्योंकि जिंदगी दे विच बहुत सारे उतरा चढ़ाव होंगे जिन्हों तो असं थक भी जाने हार भी जाने जा कई बार असं डीमोरलाइज हो जाने नैगेटिव हो जाने क्योंकि नैगेटिविटी की मैं लगता पावर बहुत ज्यादा बढ़ जाती है कि पॉजिटिव साढ़े को आने लगे सो वार एक तरह कि जावा या ना जावा फिर सानू लगन लग जाता कि शायद जिंदगी खत्म हो गई है जां फिर लगता कि हुण जिहड़ियां आंकड़ां लगता शायद खुशी कदे जिंदगी च आवे ना जां दस्तक ना दवे पर इन्हां चीजां तो उपर भी बहुत सारियां चीजां हुंदियां ने क्योंकि जिंदगी दे विच सुख ते दुख दोने जिंदगी दे हिस्से हुंदे ने जे जिंदगी दे विच दुख ते सुख भी आउंदा जे सुख ते दुख भी आउंदा दोनों चीजां दा अनुभव होना बहुत जरूरी हुंदा है हर एक इंसान दे लई क्योंकि पर जदों दुख आउंदा दुख दे विच भी किवें खुश रहना ਕਿਵੇਂ ਇੱਕ ਜ਼ਿੰਦਗੀ ਨੂੰ ਤੇ ਕਿਵੇਂ ਆਪਣੇ ਮਨ ਨੂੰ ਇੱਕ ਸੰਤੁਸ਼ਟੀ ਦੇਣਾ ਕਿਵੇਂ ਆਨੰਦਮਈ ਰਹਿਣਾ ਉਹ ਚੀਜ਼ਾਂ ਜਾਣਨ ਦੇ ਲਈ ਕਿ ਫਗਵਾੜੇ ਦੇ ਵਿੱਚ ਕੀ ਹੋਣ ਵਾਲਾ ਤੇ ਉਹ ਹੈਗਾ ਕੀ ਹੈ ਤੇ ਉਹਦੇ ਤੇ ਕੌਣ ਆ ਰਹੇ ਨੇ ਤੇ ਕੀ ਗੱਲਾਂ ਹੋਣਗੀਆਂ ਕੀ ਵਿਚਾਰ ਹੋਣਗੇ ਕਿਹੜੇ ਕਿਹੜੇ ਲੋਕ ਉੱਥੇ ਆਉਣਗੇ ਉਹਦੇ ਬਾਰੇ ਜਾਣਨ ਦੇ ਲਈ ਸਾਡੇ ਨਾਲ ਅੱਜ ਬਹੁਤ ਹੀ ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਪ੍ਰਵੇਸ਼ ਕੁਮਾਰ ਜੀ ਪ੍ਰਵੇਸ਼ ਕੁਮਾਰ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰ ਬੜੀ ਖੁਸ਼ੀ ਦੀ ਗੱਲ ਹੈ ਕਿ ਫਗਵਾੜੇ ਦੇ ਲੋਕਾਂ ਦੇ ਲਈ ਵੀ ਤੇ ਸਾਡੇ ਲਈ ਵੀ ਕਿ ਤੁਸੀਂ ਬੜਾ ਅੱਛਾ ਉਪਰਾਲਾ ਕਰ ਰਹੇ ਹੋ ਮੇ ਬੀ ਫਸਟ ਟਾਈਮ ਹੋ ਰਿਹਾ ਇੱਥੇ ਮਹਾਸਤਸੰਗ ਜਿਹੜਾ ਜੀ ਸਰ ਮੇਨ ਆਈਡੀਓਲੋਜੀ ਕੀ ਸੀਗੀ ਕਿਉਂਕਿ ਤੁਸੀਂ ਜਿਹੜਾ ਮਹਾਸਤਸੰਗ ਕਰਵਾ ਰਹੇ ਹੋ ਓਸ਼ੋ ਜੀ ਹੋਰਾਂ ਦੀ ਅਗਵਾਈ ਦੇ ਹੇਠ ਕਰਵਾ ਰਹੇ ਹੋ ਮੇਨ ਆਈਡੀਓਲੋਜੀ ਕੀ ਸੀ ਓਸ਼ੋ ਦੀ ਓਸ਼ੋ ਜੀ ਦੀ ਆਈਡੀਓਲੋਜੀ ਕੀ ਕਹਾਂ ਅਤੀਤ ਦੇ ਜਿੰਨੇ ਵੀ ਸਾਰੇ ਸੰਤ ਹੋਏ ਅੱਜ ਤੇ ਮਹਾਪੁਰਸ਼ ਹੋਏ ਆ ਜੀ ਜੋ ਉਹਨਾਂ ਸਾਰਿਆਂ ਸੰਤਾਂ ਦੀ ਆਈਡੀਓਲੋਜੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਦੀ ਜੋ ਆਈਡੀਓਲੋਜੀ ਸੀ ਕਬੀਰ ਸਾਹਿਬ ਦੀ ਜੋ ਆਈਡੀਓਲੋਜੀ ਸੀ ਹੋਰ ਵੀ ਦਸਾਂ ਗੁਰੂ ਸਾਹਿਬਾਨਾਂ ਦੀ ਜੋ ਆਈਡੀਓਲੋਜੀ ਸੀ ਜੋ ਸੂਫੀ ਸੰਤਾਂ ਦੀ ਜੋ ਕਿ ਪੰਜਾਬ ਸੂਫੀ ਸੰਤਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਜੋ ਉਹਨਾਂ ਦੀ ਆਈਡੀਓਲੋਜੀ ਸੀ ਉਹੀ ਪਰਮ ਗੁਰੂ ਓਸ਼ੋ ਜੀ ਦੀ ਆਈਡੀਓਲੋਜੀ ਸੀ ਕਿ ਕਿਸ ਤਰ੍ਹਾਂ ਮਨੁੱਖ ਇੱਕ ਵਧੀਆ ਜੀਵਨ ਜੀਵੇ ਇੱਕ ਸ਼ਾਂਤ ਜੀਵਨ ਜੀਵੇ ਇੱਕ ਆਨੰਦਪੂਰਨ ਜੀਵਨ ਜੀਵੇ ਅਸੀਂ ਬਾਹਰ ਬਹੁਤ ਹੀ ਜ਼ਿਆਦਾ ਵਿਵਸਥਾ ਬਣਾ ਲਈ ਸੁੱਖ ਸੁਵਿਧਾ ਦੇ ਸਾਧਨ ਪੈਦਾ ਕਰ ਲਏ ਸੁੱਖ ਪੈਦਾ ਕਰ ਲਿਆ ਲੇਕਿਨ ਸਾਨੂੰ ਸ਼ਾਂਤੀ ਨਾਂ ਦੇ ਚੀਜ਼ ਦਾ ਨਹੀਂ ਪਤਾ ਲੱਗਾ ਸ਼ਾਂਤੀ ਨੂੰ ਅਸੀਂ ਜੀਵਨ 'ਚ ਨਹੀਂ ਜਾਣ ਪਾਏ ਅੱਜ ਦਾ ਮਨੁੱਖ ਜਿਵੇਂ ਇੱਕ ਬਹੁਤ ਵੱਡੀ ਪ੍ਰਤੀਸਪਰਧਾ ਵਾਲੀ ਜ਼ਿੰਦਗੀ ਜੀ ਰਿਹਾ ਬੜੀ ਕੰਪੀਟੀਸ਼ਨ ਵਾਲੀ ਜ਼ਿੰਦਗੀ ਜੀ ਰਿਹਾ ਜਿਉਂ ਹੀ ਬੱਚਾ ਅਸੀਂ 2-3 ਸਾਲ ਦਾ ਹੁੰਦਿਆਂ ਸਕੂਲ 'ਚ ਪਾ ਦਿੰਦੇ ਹਾਂ ਅਖੀਰ ਤੱਕ ਫਿਰ ਉਹ ਪੜ੍ਹਾਈ ਦੇ ਵਿੱਚ ਉਹਦੇ ਕੰਪੀਟੀਸ਼ਨ ਹੈ ਬੜਾ ਤਣਾਅ ਹੈ ਫਿਰ ਅੱਗੇ ਨੌਕਰੀ ਲੈਣ 'ਚ ਬੜਾ ਕੰਪੀਟੀਸ਼ਨ ਹੈ ਫਿਰ ਉਹ ਬੜੇ ਇੱਕ ਤਣਾਅ 'ਚ ਗੁਜ਼ਰਦਾ ਫਿਰ ਅੱਗੇ ਪ੍ਰਮੋਸ਼ਨ ਲੈਣ ਵਾਸਤੇ ਬੜੇ ਤਣਾਅ 'ਚ ਗੁਜ਼ਰਦਾ ਇੱਕ ਆਦਮੀ ਮਤਲਬ ਇਸ ਤਰ੍ਹਾਂ ਬਿਜ਼ਨਸ 'ਚ ਬੜਾ ਕੰਪੀਟੀਸ਼ਨ ਆ ਹਰ ਜਗ੍ਹਾ ਕੰਪੀਟੀਸ਼ਨ ਆ ਔਰ ਆਦਮੀ ਇਸ ਤਰ੍ਹਾਂ ਉਲਝ ਕੇ ਰਹਿ ਗਿਆ ਇੱਕ ਕਿਸਮ ਦਾ ਕਿ ਉਹਨੂੰ ਰਸਤਾ ਨਹੀਂ ਹੁਣ ਲੱਭਦਾ ਕਿ ਮੈਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਸੁੱਖ ਸੁਵਿਧਾ ਦੇ ਸਾਦੇ ਸਾਰੇ ਸਾਧਨ ਪੂਰੇ ਕਰ ਲਏ ਇੱਕ ਛੋਟੇ ਛੋਟੇ ਉਹ ਗੋਲ ਬਣਾਉਂਦਾ ਜ਼ਿੰਦਗੀ ਦੇ ਕਿ ਮੈਂ ਸਕੂਲ ਨੂੰ ਵਧੀਆ ਨੰਬਰਾਂ 'ਚ ਪਾਸ ਕਰਾਂ ਸਕੂਲ 'ਚ ਅੱਛੇ ਨੰਬਰ ਲੈ ਕੇ ਪਾਸ ਹੋਵਾਂ ਫਿਰ ਨੌਕਰੀ ਕਰ ਲਾਂ ਫਿਰ ਮੈਨੂੰ ਜ਼ਿਆਦਾ ਪੈਸਾ ਆ ਜਾਏ ਮੇਰੇ ਕੋਲ ਵੱਡੀ ਕਾਰ ਲੈ ਲਾਂ ਵੱਡੀ ਕੋਠੀ ਬਣਾ ਲਾਂ ਇਹ ਸਭ ਜਦੋਂ ਉਹ ਇਕੱਠਾ ਕਰ ਲੈਂਦਾ ਉਹਨੂੰ ਪ੍ਰਾਪਤ ਹੋ ਜਾਂਦਾ ਫਿਰ ਉਹ ਦੇਖਦਾ ਕਿ ਯਾਰ ਜ਼ਿੰਦਗੀ 'ਚ ਸ਼ਾਂਤੀ ਔਰ ਆਨੰਦ ਤਾਂ ਹਾਲੇ ਵੀ ਨਹੀਂ ਆਇਆ ਹੈ ਜਦਕਿ ਸਾਰੇ ਮਹਾਂਪੁਰਸ਼ਾਂ ਨੇ ਅਤੀਤ ਦੇ ਮਹਾਂਪੁਰਸ਼ਾਂ ਨੇ ਇਹ ਗੱਲ ਕਹੀ ਹੈ ਕਿ ਸ਼ਾਂਤੀ ਔਰ ਆਨੰਦ ਦਾ ਬਾਹਰਲੀਆਂ ਚੀਜ਼ਾਂ ਨਾਲ ਬਾਹਰਲੀ ਵਿਵਸਥਾ ਨਾਲ ਕੋਈ ਸੰਬੰਧ ਨਹੀਂ ਹੈ ਉਹ ਸਾਡੇ ਅੰਦਰ ਮਨ ਦੀ ਸਾਡੀ ਦੀ ਅਵਸਥਾ ਆ ਉਹ ਅਵਸਥਾ ਨੂੰ ਅਸੀਂ ਧਿਆਨ ਦੇ ਰਾਹੀਂ ਜਾਣ ਸਕਦੇ ਹਾਂ ਇੱਕ ਵਾਰੀ ਉਹ ਸਾਡੇ ਸੂਤਰ ਹੱਥ 'ਚ ਲੱਗ ਜਾਵੇ ਕਿਵੇਂ ਅਸੀਂ ਅੰਤਰਮੁਖੀ ਹੋਣਾ ਕਿਵੇਂ ਅਸੀਂ ਧਿਆਨਪੂਰਨ ਹੋਣਾ ਕਿਵੇਂ ਅਸੀਂ ਸਮਾਧਿਸਤ ਹੋਣਾ ਇੱਕ ਵਾਰੀ ਉਹ ਸੂਤਰ ਸਾਡੇ ਹੱਥ 'ਚ ਲੱਗ ਜਾਵੇ ਤਾਂ ਜੀਵਨ 'ਚ ਸ਼ਾਂਤੀ ਹੀ ਸ਼ਾਂਤੀ ਹੈ ਆਨੰਦ ਹੀ ਆਨੰਦ ਹੈ ਸੋ ਮੈਂ ਕਹਿਣਾ ਚਾਹਾਂਗਾ ਕਿ ਜੋ ਸਾਰੇ ਅਤੀਤ ਦੇ ਸੰਤਾਂ ਦਾ ਉਹਨਾਂ ਦੇ ਜੀਵਨ ਦਾ ਜੋ ਮੂਲ ਉਹ ਦੱਸਣਾ ਚਾਹੁੰਦੇ ਸੀ ਮਾਨਵਤਾ ਨੂੰ ਮਨੁੱਖਤਾ ਨੂੰ ਜੋ ਦੇਣਾ ਚਾਹੁੰਦੇ ਸੀ ਉਹ ਸਾਰਾ ਇੱਕ ਕਾਮਨ ਏਜੰਡਾ ਰਿਹਾ ਉਹਨਾਂ ਸੰਤਾਂ ਦਾ ਕੋ ਓਸ਼ੋ ਅਲੱਗ ਚੀਜ਼ ਨਹੀਂ ਦੇਣਾ ਚਾਹੁੰਦੇ ਉਹੀ ਚੀਜ਼ ਦੇਣਾ ਚਾਹੁੰਦੇ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇਣਾ ਚਾਹੁੰਦੇ ਸੀ ਜੋ ਉਹਨਾਂ ਨੇ ਉਦਾਸੀਆਂ ਦੇ ਜਦੋਂ ਉਹਨਾਂ ਨੇ ਜਾਣਿਆ ਪਰਮ ਸੱਤਿਆਂ ਨੂੰ
ਔਰ ਕਿੱਦਾਂ ਉਦਾਸੀਆਂ ਉਹਨਾਂ ਨੇ ਕੀਤੀਆਂ, ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚ ਗਏ, ਪੂਰੇ ਵਿਸ਼ਵ ਦਾ ਉਹਨਾਂ ਨੇ ਭ੍ਰਮਣ ਕੀਤਾ ਜੀ, ਔਰ ਆਪਣੀ ਗੱਲ ਨੂੰ ਲੋਕਾਂ ਤੱਕ ਦੱਸਣਾ ਚਾਹੁੰਦੇ ਸੀ ਵੀ ਕਿੱਦਾਂ ਅਸੀਂ ਪ੍ਰੇਮ ਪੂਰਨ ਹੋ ਕੇ ਰਹੀਏ, ਕਿਵਾਂ ਕਿੱਦਾਂ ਅਸੀਂ ਧਿਆਨ ਪੂਰਨ ਹੋ ਕੇ ਰਹੀਏ, ਕਿੱਦਾਂ ਅਸੀਂ ਸ਼ਾਂਤਪੂਰਨ ਹੋ ਕੇ ਆਪਣੇ ਜੀਵਨ ਨੂੰ ਜੀਏ ਜੀ। ਸੋ ਇਹੀ ਉਦੇਸ਼ ਔਰ ਉਹਨਾਂ ਦੇ ਜੀਵਨ ਦਾ ਏਜੰਡਾ ਜਾਂ ਕਹੋ ਵੀ ਪੂਰਾ ਉਹ ਜੋ ਮਾਨਵਤਾ ਨੂੰ ਦੇਣਾ ਚਾਹੁੰਦੇ ਸੀ ਇਹੀ ਸੀ ਜੀ। ਸਰ ਤੁਸੀਂ ਫਸਟ ਟਾਈਮ ਫਗਵਾੜੇ ਦੇ ਵਿੱਚ ਇਹ ਜਿਹੜਾ ਮਹਾਂ ਸਤਸੰਗ ਹੈ ਕਰਵਾਉਣ ਲੱਗੇ ਆ, ਇਹਦਾ ਪਰਪਸ ਕੀ ਹੈ ਕਿ ਤੁਸੀਂ ਫਗਵਾੜੇ ਨੂੰ ਕਿਉਂ ਚੁਣਿਆ? ਫਗਵਾੜਾ ਇੱਕ ਧਾਰਮਿਕ ਸ਼ਹਿਰ ਦੇ ਨਾਂ ਤੇ ਜਾਣਿਆ ਜਾਂਦਾ ਜੀ। ਸੋ ਤੁਸੀਂ ਜਾਣੋਗੇ, ਖੁਸ਼ੀ ਹੋਊਗੀ ਤੁਹਾਨੂੰ ਕਿ ਪਿਛਲੇ ਕਾਫੀ ਸਮੇਂ ਤੋਂ ਜੀ ਨਵਾਂ ਸ਼ਹਿਰ 'ਚ, ਲੁਧਿਆਣਾ 'ਚ, ਜਲੰਧਰ ਦੇ ਵਿੱਚ ਜੀ ਇਸ ਤਰ੍ਹਾਂ ਦੇ ਸਤਸੰਗਾਂ ਦਾ ਆਯੋਜਨ ਕੀਤਾ ਗਿਆ ਜੀ, ਔਰ ਬਹੁਤ ਸਾਰੇ ਲੋਕ ਧਿਆਨ ਦੀ ਪ੍ਰਕਿਰਿਆ ਨਾਲ ਜੁੜੇ ਜੀ। ਉਹਨਾਂ ਦੇ ਜੀਵਨ 'ਚ ਸ਼ਾਂਤੀ, ਆਨੰਦ, ਪ੍ਰੇਮ ਦਾ ਪ੍ਰਕਟੀਕਰਨ ਹੋਇਆ ਔਰ ਬੜਾ ਅੱਛਾ ਇੱਕ ਵਾਤਾਵਰਨ ਲੋਕਾਂ ਦੇ ਘਰਾਂ 'ਚ ਹੋਇਆ ਪੈਦਾ। ਇਸ ਤਰ੍ਹਾਂ ਕਾਫੀ ਸਮੇਂ ਤੋਂ ਜਿਹੜੇ ਕੁਛ ਇੱਕ ਲੋਕ ਫਗਵਾੜੇ ਦੇ ਜਿਹੜੇ ਕਿ ਧਿਆਨ ਦੀ ਪ੍ਰਕਿਰਿਆ ਨਾਲ ਜੁੜੇ ਹੋਏ ਆ, ਓਸ਼ੋ ਧਾਰਾ ਨਾਲ ਵੀ ਜੁੜੇ ਹੋਏ ਆ, ਸਤਿਗੁਰੂ ਤ੍ਰਿਵਰ ਨਾਲ ਜੁੜੇ ਹੋਏ ਆ, ਔਰ ਓਸ਼ੋ ਦੀ ਓਸ਼ੋ ਨੂੰ ਪੜ੍ਹਦੇ ਆ, ਲਿਖਦੇ ਆ, ਸੁਣਦੇ ਆ ਓਸ਼ੋ ਦੇ ਬਾਰੇ ਦੇ ਵਿੱਚ, ਯੂਟਿਊਬ ਦੇ ਉੱਤੇ ਓਸ਼ੋ ਜੀ ਨੂੰ ਫੋਲੋ ਕਰਦੇ ਆ, ਦੇਖਦੇ ਆ, ਸੁਣਦੇ ਆ, ਫੇਸਬੁੱਕ 'ਤੇ ਸੁਣਦੇ ਆ, ਲੇਕਿਨ ਕਦੇ ਇੱਦਾਂ ਦਾ ਸੰਯੋਗ ਨਹੀਂ ਸੀ ਬਣਿਆ ਕਿ ਸਤਿਗੁਰੂ ਖੁਦ ਇੱਥੇ ਫਗਵਾੜੇ 'ਚ ਆਏ ਹੋਣ। ਸੋ ਹੁਣ ਉਹ ਘੜੀ, ਸੌਭਾਗਿਆਸ਼ਾਲੀ ਘੜੀ ਆਈ ਹੈ ਕਿ ਸਤਿਗੁਰੂ ਨੇ ਹਾਮੀ ਭਰੀ ਹੈ ਫਗਵਾੜੇ ਦੇ ਵਿੱਚ ਇੱਕ ਸਤਸੰਗ ਦਾ, ਬੜੇ ਵਿਸ਼ਾਲ ਸਤਸੰਗ ਦਾ ਆਯੋਜਨ ਕੀਤਾ ਜਾ ਰਿਹਾ। ਸੋ ਸਾਡੇ, ਅਸੀਂ ਬੜੇ ਭਾਗਾਂ ਵਾਲੇ ਹਾਂ ਫਗਵਾੜੇ ਦੇ ਲੋਕ। ਸੋ ਸਤਿਗੁਰੂ ਸਾਕਸ਼ਾਤ ਸਾਡੇ ਵਿੱਚ ਬਿਰਾਜਮਾਨ ਹੋਣਗੇ ਜੀ। ਸੋ ਇਹ ਬੜੇ ਸੌਭਾਗੇ ਦੀ ਗੱਲ ਹੈ, ਇਸ ਕਰਕੇ ਫਗਵਾੜੇ ਨੂੰ ਚੁਣਿਆ ਗਿਆ ਜੀ। ਤੇ ਵੈਸੇ ਜੇ ਦੇਖਿਆ ਜਾਵੇ ਤੇ ਕਿੱਥੇ ਕਿਹੜੀ ਪਲੇਸ ਤੇ ਹੋ ਰਿਹਾ ਹੈ ਫਗਵਾੜੇ ਦੇ ਵਿੱਚ, ਕੀ ਕੀ ਅਰੇਂਜਮੈਂਟਸ ਨੇ ਤੇ ਕੌਣ ਆ ਰਹੇ ਨੇ ਇੱਥੇ ਸਤਸੰਗ ਕਰਨ ਦੇ ਲਈ? ਪਹਿਲਾਂ ਮੈਂ ਇਹ ਦੱਸ ਦਿਆਂ ਵੀ ਕੌਣ ਆ ਰਹੇ ਹੈ। ਬਿਲਕੁਲ, ਇਹ ਸਤਿਗੁਰੂ ਓਸ਼ੋ ਸ਼ੈਲੇਂਦਰ ਜੀ ਮਹਾਰਾਜ ਜੀ, ਜੋ ਪਰਮ ਗੁਰੂ ਓਸ਼ੋ ਜੀ ਦੇ ਛੋਟੇ ਭਾਈ ਨੇ ਜੀ, ਉਹ ਖੁਦ ਸਾਕਸ਼ਾਤ ਸਾਡੇ 'ਚ ਬਿਰਾਜਮਾਨ ਹੋਣਗੇ, ਖੁਦ ਆ ਰਹੇ ਆ ਉਹ ਜੀ। ਐਕਚੁਅਲੀ ਓਸ਼ੋ ਜਦੋਂ ਦੇਹ ਤੋਂ ਵਿਦਾ ਹੋ ਗਏ ਜੀ, ਤਾਂ ਇੱਕ ਬੜੇ ਜੋ ਮਾਨਵਤਾ, ਜੋ ਧਿਆਨ ਦੀ ਪ੍ਰਕਿਰਿਆ ਨਾਲ ਜੁੜੇ ਹੋਏ ਲੋਕ ਸੀਗੇ, ਉਹਨਾਂ ਨੂੰ ਐਂ ਲੱਗਣ ਲੱਗਾ ਪਿਆ ਵੀ ਹੁਣ ਇੱਕ ਖਲਾਅ ਪੈਦਾ ਹੋ ਗਿਆ ਵੀ ਹੁਣ ਕਿਵੇਂ ਅੱਗੇ ਚੱਲੇਗਾ ਇਹ ਧਿਆਨ ਦਾ, ਜੋ ਬੜਾ ਵੱਡਾ ਇੱਕ ਅੰਦੋਲਨ ਜਿਹੜਾ ਸ਼ੁਰੂ ਕੀਤਾ ਗਿਆ ਓਸ਼ੋ ਦੀ ਤਰਫ ਤੋਂ, ਉਹ ਕਿਸ ਤਰ੍ਹਾਂ ਅੱਗੇ ਚੱਲੇਗਾ। ਫਿਰ ਅਸਤਿਤਵ ਮਿਹਰਬਾਨ ਹੋਇਆ, ਉਹਦੀ ਕਿਰਪਾ ਹੋਈ ਕਿ ਸਤਿਗੁਰੂ ਤ੍ਰਿਵਰ ਦੇ ਰੂਪ ਦੇ ਵਿੱਚ ਸਾਡੇ ਸਾਡਾ ਬਾਂਹ ਫੜਨ ਲਈ, ਸਾਡੀ ਮਾਨਵਤਾ ਦੀ ਬਾਂਹ ਫੜਨ ਲਈ ਕਹੋ ਕਿ ਸਤਿਗੁਰੂ ਓਸ਼ੋ ਸਿਧਾਰਥ ਜੀ ਔਲੀਆ, ਸਤਿਗੁਰੂ ਓਸ਼ੋ ਸ਼ੈਲੇਂਦਰ ਜੀ ਮਹਾਰਾਜ ਜਿਹੜੇ ਕਿ ਪਧਾਰ ਰਹੇ ਆ ਸਾਡੇ ਕੋਲ, ਔਰ ਇਹਨਾਂ ਦੀ ਧਰਮ ਪਤਨੀ ਸਤਿਗੁਰੂ ਮਾਂ ਓਸ਼ੋ ਪ੍ਰਿਆ ਜੀ, ਔਰ ਇਹ ਤਿੰਨਾਂ ਨੇ ਉਹ ਜੋ ਓਸ਼ੋ ਜੀ ਦਾ ਸੁਪਨਾ ਸੀਗਾ ਉਹਨੂੰ ਸਾਕਾਰ ਕਰਨ ਵਾਸਤੇ, ਤਾਂ ਕਿ ਜੋ ਧਿਆਨ ਦੀ ਜੋਤ ਓਸ਼ੋ ਜਲਾ ਕੇ ਗਏ ਆ ਇਹ ਜਲਦੀ ਰਹੇ, ਰਹਿੰਦੀ ਦੁਨੀਆਂ ਤੱਕ ਜਲਦੀ ਰਹੇ, ਪੂਰੀ ਮਾਨਵਤਾ ਇਹ ਤੋਂ ਲਾਭਾਨਵਿਤ ਹੋ ਸਕੇ। ਸੋ ਉਹਨਾਂ ਨੇ ਇੱਕ ਓਸ਼ੋ ਧਾਰਾ ਨਾਂ ਦੀ ਇੱਕ ਅੰਦੋਲਨ ਸ਼ੁਰੂ ਕੀਤਾ। ਸੋ ਉਹਦਾ ਇੱਕ ਹਿੱਸਾ, ਉਹ ਸਤਿਗੁਰੂ ਤ੍ਰਿਵਰ ਦਾ ਹਿੱਸਾ, ਜਿਹੜੇ ਕਿ ਓਸ਼ੋ ਦੀ ਐਕਸਟੈਂਸ਼ਨ ਆ, ਜਦੋਂ ਸੰਤ ਵਿਦੇਹੀ ਹੋ ਜਾਂਦਾ, ਆਪਣੇ ਸਰੀਰ ਨੂੰ ਛੱਡ ਜਾਂਦਾ, ਲੇਕਿਨ ਉਹਦੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਫਿਰ ਅਸਤਿਤਵ ਜਿਹੜਾ ਪੂਰੀ ਆਪਣੀ ਜ਼ਿੰਮੇਵਾਰੀ ਲੈਂਦਾ, ਔਰ ਕਿਸੇ ਨਾ ਕਿਸੇ ਸੰਤ ਨੂੰ, ਮਹਾਂਪੁਰਸ਼ ਨੂੰ ਸਾਡੇ ਵਿਚਕਾਰ ਮਾਨਵਤਾ ਨੂੰ ਮਾਰਗ ਦਰਸ਼ਨ ਦੇਣ ਵਾਸਤੇ ਫਿਰ ਉਹ ਅਵਤਰਨ ਹੁੰਦਾ ਉਹਨਾਂ ਦਾ, ਜਾਂ ਉਹ ਭੂਮਿਕਾ ਚੁਣਦੇ ਆ, ਉਹਨਾਂ 'ਚ ਮੈਨੀਫੈਸਟੇਸ਼ਨ ਹੁੰਦੀ ਹੈ ਇਸ ਚੀਜ਼ ਦੀ ਕਿ ਤੁਸੀਂ ਮੇਰੇ ਕੰਮ ਨੂੰ ਅੱਗੇ ਵਧਾਓ। ਸੋ ਸਾਡੇ ਵਿਚਕਾਰ ਅਸੀਂ ਸਮਝਦੇ ਹਾਂ ਵੀ ਸਾਡਾ ਅੱਤ ਭਾਗ ਚੰਗੇ ਆ ਫਗਵਾੜਾ ਨਿਵਾਸੀਆਂ ਦੇ, ਕਿ ਸਤਿਗੁਰੂ ਓਸ਼ੋ ਸਿਧਾਰਥ ਜੀ, ਸਤਿਗੁਰੂ ਓਸ਼ੋ ਸ਼ੈਲੇਂਦਰ ਜੀ ਮਹਾਰਾਜ ਉਹ ਖੁਦ ਇੱਥੇ ਪਹੁੰਚ ਰਹੇ ਆ 1 ਸਤੰਬਰ ਨੂੰ, ਔਰ ਫਗਵਾੜੇ ਤੋਂ ਜਲੰਧਰ ਜਾਂਦਿਆਂ ਹੋਇਆਂ ਰਸਤੇ 'ਚ ਇੱਕ ਬੜਾ ਅੱਛਾ ਰਿਜ਼ੋਰਟ ਆ, ਕੋਨਿਕਾ ਰਿਜ਼ੋਰਟ ਨਾਂ ਦਾ ਸਥਾਨ ਹੈ, ਉੱਥੇ ਸਤਿਗੁਰੂ ਪਧਾਰ ਰਹੇ ਆ, ਔਰ ਆਈਆਂ ਸੰਗਤਾਂ ਵਾਸਤੇ ਜੋ ਵਿਵਸਥਾ ਹੁੰਦੀ ਹੈ, ਸੋ ਸਾਡੀ ਪੰਜਾਬ ਦੀ ਗੁਰੂ ਨਾਨਕ ਪਾਤਸ਼ਾਹ ਦੀ ਇਹ ਪ੍ਰਪਾਟੀ ਚਲਾਈ ਹੋਈ ਹੈ ਕਿ ਲੰਗਰ ਦੀ ਵਿਵਸਥਾ ਹੁੰਦੀ ਹੈ,
ਔਰ ਆਇਆਂ ਸੰਗਤਾਂ ਲਈ ਚਾਹ ਪਾਣੀ ਦੀ ਵਿਵਸਥਾ ਹੋਏਗੀ ਔਰ ਇੱਕ ਬਹੁਤ ਹੀ ਵਿਸ਼ਾਲ ਉੱਥੇ ਲਿਟਰੇਚਰ ਦਾ ਸਾਹਿਤ ਦਾ ਇੱਕ ਕਾਊਂਟਰ ਲਗਾਵਾਂਗੇ ਅਸੀਂ ਜਿਹਦੇ 'ਚ ਪਰਮ ਗੁਰੂ ਓਸ਼ੋ ਜੀ ਦਾ ਸਤਿਗੁਰੂ ਤ੍ਰਿਵਰ ਦੇ ਪ੍ਰਵਚਨ ਉਹਨਾਂ ਦੀਆਂ ਪੁਸਤਕਾਂ ਉਹਨਾਂ ਦਾ ਪੂਰਾ ਲਿਟਰੇਚਰ ਉੱਥੇ ਉਪਲਬਧ ਰਹੇਗਾ ਜੀ ਇਸ ਤਰ੍ਹਾਂ ਦੀ ਵਿਵਸਥਾ ਸਾਰਿਆਂ ਦੇ ਮਨਾਂ ਦੇ ਵਿੱਚ ਬੜੀ ਵੱਡੀ ਕਿਉਰਿਓਸਿਟੀ ਜੀ ਹੁੰਦੀ ਹੈ ਕਿ ਸ਼ਾਇਦ ਸਮਟਾਈਮ ਅਸੀਂ ਕਹਿ ਦਿੰਦੇ ਯਾਰ ਨਹੀਂ ਛੱਡੋ ਜਾਣਾ ਕੀ ਆ ਉੱਥੇ ਨਾ ਉਹ ਹੋਣਾ ਵਾ ਫੀਸ ਦੇਣੀ ਪਊਗੀ ਜਾਂ ਫਿਰ ਕੋਈ ਪਾਸ ਹੋਊਗਾ ਉਹਦੇ 'ਤੇ ਇੰਟਰਸਟ ਹੋਊਗੀ ਕੁਛ ਇੱਦਾਂ ਦਾ ਕੋਈ ਸਿਸਟਮ ਜਾਂ ਫੀਸ ਰੱਖੀ ਹੋਵੇ ਤੁਸੀਂ ਜਾਂ ਕੋਈ ਪਾਸ ਦਾ ਨਹੀਂ ਮਾਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕੋਈ ਫੀਸ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਨਿਸ਼ੁਲਕ ਹੈ ਸਾਰਿਆਂ ਲਈ ਐਂਟਰੀ ਹੈ ਬਿਨਾਂ ਕਿਸੇ ਕਾਰਡ ਤੋਂ ਕੋਈ ਸਪੈਸ਼ਲ ਕਾਰਡ ਨਹੀਂ ਦਿੱਤੇ ਗਏ ਹਾਂ ਸਾਰਿਆਂ ਦਾ ਉੱਥੇ ਸਵਾਗਤ ਹੈ ਜਿਹੜੇ ਵੀ ਲੋਕ ਧਿਆਨ ਦੀ ਪ੍ਰਕਿਰਿਆ ਨਾਲ ਜੁੜਨਾ ਚਾਹੁੰਦੇ ਆ ਜਿਹੜੇ ਵੀ ਆਪਣੇ ਜੀਵਨ ਦੇ ਉਦੇਸ਼ ਨੂੰ ਪਾਉਣਾ ਚਾਹੁੰਦੇ ਆ ਜਿਹੜੇ ਵੀ ਆਪਣੇ ਆਪ ਨੂੰ ਜਾਣਨ ਦੀ ਦਿਸ਼ਾ 'ਚ ਚੱਲਣਾ ਚਾਹੁੰਦੇ ਆ ਔਰ ਜਿਨ੍ਹਾਂ ਨੂੰ ਲੱਗਦਾ ਵੈਸੇ ਤਾਂ ਜੀਵਨ ਤਾਂ ਇੱਦਾਂ ਹੀ ਜਾ ਰਿਹਾ ਸਾਡਾ ਠੀਕ ਹੈ ਔਰ ਸਤਸੰਗ ਦਾ ਮਹੱਤਵ ਤਾਂ ਵੈਸੇ ਹੀ ਸਾਡੇ ਗ੍ਰੰਥਾਂ 'ਚ ਬਹੁਤ ਜ਼ਿਆਦਾ ਦੱਸਿਆ ਗਿਆ ਮਹਾਂਪੁਰਸ਼ਾਂ ਨੇ ਦੱਸਿਆ ਵੀ ਸਤਸੰਗ ਤੋਂ ਬਗੈਰ ਗੱਲ ਬਣਨੀ ਨਹੀਂ ਸਤਸੰਗ 'ਚੋਂ ਹੀ ਬੰਦੇ ਨੂੰ ਚੇਟਕ ਲੱਗਦੀ ਹੈ ਕਿ ਮੈਂ ਮੇਰੇ ਜੀਵਨ ਦਾ ਉਦੇਸ਼ ਕਿਹਾ ਆ ਉੱਥੋਂ ਹੀ ਇਹਨੂੰ ਪਤਾ ਲੱਗਦਾ ਉੱਥੋਂ ਹੀ ਉਹਨੂੰ ਸੋਝੀ ਮਿਲਦੀ ਹੈ ਉੱਥੋਂ ਹੀ ਜੀਵਨ ਜੀਣ ਦੇ ਸੂਤਰ ਮਿਲਦੇ ਆ ਔਰ ਉੱਥੋਂ ਹੀ ਅੰਤਰ ਯਾਤਰਾ ਦੇ ਸੰਬੰਧ ਦੇ ਵਿੱਚ ਬੰਦੇ ਨੂੰ ਪ੍ਰੇਰਨਾ ਮਿਲਦੀ ਹੈ ਔਰ ਫਿਰ ਕੋਈ ਵੀ ਚੀਜ਼ ਆ ਜਦੋਂ ਗਿਆਨ ਦੀ ਸ਼ੁਰੂਆਤ ਬੰਦੇ ਦੇ ਜੀਵਨ 'ਚ ਹੁੰਦੀ ਆ ਸੁਣਨ ਤੋਂ ਹੀ ਹੁੰਦੀ ਆ ਉਪਨਿਸ਼ਦ ਕਹਿੰਦਾ ਵੀ ਪਹਿਲਾਂ ਸ਼੍ਰਵਣ ਹੈ ਫਿਰ ਅਸੀਂ ਉੱਤੇ ਮਨਨ ਕਰਦੇ ਹਾਂ ਚਿੰਤਨ ਕਰਦੇ ਹਾਂ ਫਿਰ ਨਿਧੀ ਦੇ ਆਸਨ ਕਰਦੇ ਹਾਂ ਪਰਮ ਗੁਰੂ ਓਸ਼ੋ ਬਹੁਤ ਵਧੀਆ ਕਹਿੰਦੇ ਆ ਵੀ ਅਗਰ ਤੁਸੀਂ ਸੁਣਿਆ ਔਰ ਪੜ੍ਹਿਆ ਸ਼ੁਰੂ 'ਚ ਜਾਂ ਤਾਂ ਅਸੀਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਜਾਂ ਕਿਸੇ ਸਤਸੰਗ 'ਚ ਜਾਂਦੇ ਹਾਂ ਜਾਂ ਕਿਸੇ ਪੁਸਤਕ ਨੂੰ ਗ੍ਰੰਥ ਨੂੰ ਪੜ੍ਹਦੇ ਹਾਂ ਔਰ ਉਸ ਤੋਂ ਪੜ੍ਹਨ ਤੋਂ ਬਾਅਦ 'ਚ ਫਿਰ ਸਾਡੇ ਅੰਦਰ ਇੱਕ ਚਿੰਤਨ ਪੈਦਾ ਹੁੰਦਾ ਇੱਕ ਵਿਚਾਰ ਪੈਦਾ ਹੁੰਦਾ ਔਰ ਫਿਰ ਅਸੀਂ ਚਿੰਤਨ ਕਰਦਿਆਂ ਕਰਦਿਆਂ ਕਿਸੇ ਨਤੀਜੇ 'ਤੇ ਪਹੁੰਚ ਜਾਂਦੇ ਹਾਂ ਔਰ ਨਤੀਜੇ 'ਤੇ ਪਹੁੰਚ ਕੇ ਫਿਰ ਅਸੀਂ ਚਾਹੁੰਦੇ ਹਾਂ ਵੀ ਹੁਣ ਇਹਦਾ ਪ੍ਰੈਕਟੀਕਲ ਕੀਤਾ ਜਾਵੇ ਵੀ ਮੈਂ ਹੁਣ ਧਿਆਨ ਦਾ ਪ੍ਰਯੋਗ ਕਰਾਂ ਆਪਣੇ ਜੀਵਨ 'ਚ ਉਹਨੂੰ ਉਤਾਰ ਕੇ ਦੇਖਾਂ ਔਰ ਓਸ਼ੋ ਬੜੀ ਪਿਆਰੀ ਬਾਤ ਕਹਿੰਦੇ ਆ ਵੀ ਅਗਰ ਤੁਸੀਂ ਕਿਸੇ ਗ੍ਰੰਥ ਨੂੰ ਪੜ੍ਹਿਆ ਜਾਂ ਕੋਈ ਸਤਸੰਗ ਨੂੰ ਸੁਣਿਆ ਔਰ ਉਹ 'ਤੇ ਚਿੰਤਨ ਨਹੀਂ ਕੀਤਾ ਤਾਂ ਤੁਹਾਡਾ ਜਿਹੜਾ ਉਹ ਪੜ੍ਹਨਾ ਵਿਅਰਥ ਹੋ ਗਿਆ ਚਿੰਤਨ ਤੋਂ ਬਗੈਰ ਫਿਰ ਉਹ ਕਹਿੰਦੇ ਅਗਰ ਤੁਸੀਂ ਚਿੰਤਨ ਵੀ ਕਰ ਲਿਆ ਕਿਸੇ ਰਿਜ਼ਲਟ 'ਤੇ ਵੀ ਪਹੁੰਚ ਗਏ ਔਰ ਉਹਨੂੰ ਆਪਣੇ ਜੀਵਨ 'ਚ ਨਹੀਂ ਧਾਰਿਆ ਉਹਦੇ 'ਤੇ ਨਹੀਂ ਚੱਲੇ ਤਾਂ ਤੁਸੀਂ ਉਹ ਆਪਣਾ ਪੜ੍ਹਨਾ ਵੀ ਵਿਅਰਥ ਕਰਤਾ ਅਤੇ ਚਿੰਤਨ ਕਰਨਾ ਵੀ ਵਿਅਰਥ ਕਰ ਦਿੱਤਾ ਸੋ ਇਹ ਗਿਆਨ ਦੇ 3 ਸਟੇਜਸ ਆ ਸ਼੍ਰਵਣ ਹੈ ਮਨਨ ਹੈ ਔਰ ਨਿਧੀ ਧਿਆਸਨ ਹੈ ਔਰ ਉਸ ਤੋਂ ਬਾਅਦ ਹੀ ਮੰਜ਼ਿਲ ਦੀ ਪ੍ਰਾਪਤੀ ਹੈ ਉਸ ਤੋਂ ਪਹਿਲਾਂ ਨਹੀਂ ਸੋ ਇਸ ਤਰ੍ਹਾਂ ਇਹ ਸਾਰਿਆਂ ਨੂੰ ਉੱਥੇ ਸੱਦਾ ਦਿੱਤਾ ਜਾਂਦਾ ਇਸ ਚੀਜ਼ ਦਾ ਸੋ ਪੂਰੀ ਵਿਵਸਥਾ ਰਹੇਗੀ ਸਾਰੀ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਆ ਬਹੁਤ ਅੱਛਾ ਏਸੀ ਹਾਲ ਆ ਜਿਹਦਾ ਕੀਤਾ ਗਿਆ ਗਰਮੀ ਕਰਕੇ ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ ਸੋ ਤੁਸੀਂ ਇਹ ਸਾਰੀਆਂ ਗੱਲਾਂ ਦੇ ਵਿੱਚ ਬੜਾ ਜ਼ਿਕਰ ਕੀਤਾ ਧਿਆਨ ਦਾ ਕਿ ਅਸਲ ਦੇ ਵਿੱਚ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਧਿਆਨ ਦਾ ਕੀ ਰੋਲ ਆ ਫੈਮਿਲੀ ਹੋ ਗਈ ਜਾਂ ਸੋਸਾਇਟੀ ਹੋ ਗਈ ਸਾਡੀ ਤੁਸੀਂ ਇੱਕ ਬਹੁਤ ਵਧੀਆ ਪ੍ਰਸ਼ਨ ਕੀਤਾ ਇਹ ਵੀ ਸਾਡੇ ਜੀਵਨ 'ਚ ਧਿਆਨ ਦਾ ਕਿਆ ਰੋਲ ਆ ਐਕਚੁਅਲੀ ਧਿਆਨ ਜਿਹੜਾ ਸਾਡੇ ਅਸੀਂ ਤਕਰੀਬਨ ਰੋਜ਼ ਇਸ ਸ਼ਬਦ ਦਾ ਉਪਯੋਗ ਕਰਦੇ ਹਾਂ ਅਸੀਂ ਕਿਸੇ ਸਾਡਾ ਘਰ 'ਚੋਂ ਬੱਚਾ ਬਾਹਰ ਜਾਂਦਾ ਅਸੀਂ ਕਹਿੰਦੇ ਵੀ ਬੇਟਾ ਧਿਆਨ ਨਾ ਜਾਇਓ ਕੋਈ ਕੰਮ ਕਿਸੇ ਨੂੰ ਦਿੰਦੇ ਹਾਂ ਆਪਣੇ ਮਤਹਿਤ ਨੂੰ ਆਪਣੇ ਕਰਮਚਾਰੀ ਨੂੰ ਅਸੀਂ ਕਹਿੰਦੇ ਵੀ ਬੜੇ ਧਿਆਨ ਨਾ ਕਰੀ ਬਈ ਬਿਲਕੁਲ ਲੇਕਿਨ ਧਿਆਨ ਕਿਆ ਆ ਧਿਆਨ ਦੇ ਸੰਬੰਧ 'ਚ ਸਾਡੀ ਜਾਣਕਾਰੀ ਅਧੂਰੀ ਆ ਜਾਂ ਘੱਟ ਆ ਜਾਂ ਨਹੀਂ ਦੇ ਬਰਾਬਰ ਆ ਸੋ ਧਿਆਨ ਆ ਵੀ ਮਨ ਦੀ ਸ਼ਾਂਤ ਔਰ ਨਿਰਚ ਵਿਚਾਰ ਅਵਸਥਾ ਆਮ ਤੌਰ 'ਤੇ ਜਿਹੜਾ ਮਨ ਆ ਸਾਡਾ ਵਿਚਾਰਾਂ ਦੇ ਨਾਲ ਹੀ ਭਰਿਆ ਰਹਿੰਦਾ ਅਤੀਤ ਦੀ ਵਿਚਾਰ ਆ ਭਵਿੱਖ ਦੀਆਂ ਯੋਜਨਾਵਾਂ ਬਣਾ ਰਹੇ ਹਾਂ ਜਾਣੀ ਅਸੀਂ ਪ੍ਰੈਜੈਂਟ ਦੇ ਵਿੱਚ ਹੁਣ ਦੇ ਮੂਮੈਂਟ 'ਚ ਜਿਹੜਾ ਕਿ ਸਾਡੇ ਹੱਥ 'ਚ ਆ ਇਹਨੂੰ ਨਹੀਂ ਜੀ ਪਾ ਰਹੇ ਅਸੀਂ ਇੱਕ ਸਾਡਾ ਜੀਵਨ ਇੱਕ ਪੈਂਡੂਲਮ ਦੀ ਤਰ੍ਹਾਂ ਚੱਲਦਾ ਅਤੀਤ ਔਰ ਭਵਿੱਖ ਦੇ ਵਿੱਚ ਔਰ ਜਿਹੜਾ ਹੁਣ ਦਾ ਛਾਣਿਆ ਜਿਹੜਾ
द वेरी प्रेजेंट मूवमेंट जिन्हों शाश्वत कह सकते हैं शाश्वत का जो हिस्सा आ उदे बारे सानू नहीं जानकारी है इलम नहीं है उदे और त्रियान यही है कि असी उस प्रेजेंट मूवमेंट नू किदां जीना और सतगुरु आणगे सानू मार्गदर्शन देणगे और उत्थे मौके दे उत्ते ध्यान का प्रयोग करके सानू प्रैक्टिकल भी कराणगे उस चीज़ का कि ध्यान क्या चीज़ है। आम तौर पर लोग कहिंदे वी ध्यान का मतलब कॉन्सेंट्रेशन हुंदा कि किसी एक पॉइंट दे उत्ते अपने ध्यान नू अपने ऊर्जा नू फोकस करना जबकि परम गुरु कहिंदे आ कि इह ध्यान का नहीं है मतलब ध्यान का मतलब है समग्रता एकाग्रता नहीं समग्रता। हाँ एक बारी असी ध्यान पूर्ण हो गए लेकिन जिहड़ी एकाग्रता आ ਉਹ ਫਲਿਤ ਹੋਏਗੀ ਫਿਰ ਜੀ। ਇਕਾਗਰਤਾ ਧਿਆਨ ਦਾ ਫਲ ਹੈ ਧਿਆਨ ਦਾ ਰਿਜ਼ਲਟ ਹੈ ਉਹ ਰਿਜ਼ਲਟ ਦੇ ਤੌਰ ਤੇ ਸਾਡੇ ਸਾਡੇ ਜੀਵਨ 'ਚ ਜਿਹੜੀ ਇਕਾਗਰਤਾ ਆਏਗੀ ਔਰ ਧਿਆਨ ਇਕਾਗਰਤਾ ਨਹੀਂ ਹੈ ਸਮਗਰਤਾ ਹੈ ਸਮਗਰਤ ਦੇ ਪ੍ਰਤੀ ਪੂਰੇ ਅਸਤਿਤਵ ਦੇ ਪ੍ਰਤੀ ਜਾਗਰੂਕ ਹੋਣਾ ਜੀ। ਜੇ ਗੱਲ ਕਰੀਏ ਕਿ ਧਿਆਨ ਦੀ ਬਹੁਤ ਸਾਰੀ ਤੁਸੀਂ ਬੜੀ ਵਧੀਆ ਤਰੀਕੇ ਦੇ ਨਾਲ ਉਹਨੂੰ ਡਿਫਾਈਨ ਕਰ ਦਿੱਤਾ ਕਿ ਅਸਲ 'ਚ ਧਿਆਨ ਹੁੰਦਾ ਕਿ ਬਾਕੀ ਜਿਸ ਦਿਨ ਉਹ ਆਉਣਗੇ ਗੁਰੂ ਜੀ ਉਦਣ ਪਤਾ ਲੱਗ ਜੂਗਾ ਪਰ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਅੱਜ ਦੇ ਟਾਈਮ 'ਤੇ ਅਸੀਂ ਕਹਿ ਦਿੰਦੇ ਕਿ ਉਹ ਕਿਸੇ ਚੀਜ਼ ਦਾ ਅਡਿਕਟ ਹੋ ਗਿਆ ਉਹਨੂੰ ਆਦਤ ਪੈ ਚੁੱਕੀ ਉਹਦੀ ਆਦਤ ਹਟ ਨਹੀਂ ਰਹੀ ਇਹਦਾ ਜਿਹੜੇ ਸਟੂਡੈਂਟਸ ਹੋ ਗਏ ਜਾਂ ਨੌਜਵਾਨ ਹੋ ਗਏ ਉਹਨਾਂ ਦੀ ਜ਼ਿੰਦਗੀ 'ਚ ਕਿੰਨਾ ਕੁ ਅਹਿਮੀਅਤ ਹੋਊਗਾ ਜਾਂ ਕਿੰਨਾ ਕੁ ਸਹਿਯੋਗ ਦੇ ਪਾਊਗਾ ਤੁਹਾਡਾ ਜਿਹੜਾ ਮਹਾਂਸਤਸੰਗ ਹੋਏਗਾ। ਦੇਖੋ ਗੱਲ ਇਹ ਹੈ ਬਹੁਤ ਵਧੀਆ ਪ੍ਰਸ਼ਨ ਹੈ ਇਹ ਔਰ ਬੰਦੇ ਦੇ ਜੀਵਨ ਨਾਲ ਜੁੜਿਆ ਪ੍ਰਸ਼ਨ ਹੈ। ਅੱਜ ਦੀ ਪੂਰੀ ਜੋ ਨੌਜਵਾਨ ਪੀੜ੍ਹੀ ਹੈ ਜਾਂ ਕਹੋ ਜੋ ਬੱਚੇ ਸਕੂਲ ਪੜ੍ਹਦੇ ਬੱਚੇ ਹੈ ਉਹਨਾਂ ਦਾ ਇਹ ਪ੍ਰਸ਼ਨ ਹੈ ਸੱਚ ਪੁੱਛੋ ਤਾਂ ਜਿਹੜਾ ਇੱਕ ਸਟੂਡੈਂਟ ਹੈ ਅਗਰ ਉਹ ਧਿਆਨ ਦੀ ਪ੍ਰਕਿਰਿਆ ਨਾਲ ਜੁੜਦਾ ਹੈ ਇੱਕ ਸ਼ਾਂਤੀ ਵੀ ਇਹਦਾ ਇੱਕ ਫਲ ਹੈ ਇੱਕ ਸ਼ਾਂਤ ਨਿਰਵਿਚਾਰ ਜਿਹੜਾ ਚਿੱਤ ਹੈ ਜਿਹੜਾ ਬਿਲਕੁਲ ਸ਼ਾਂਤੀ ਔਰ ਆਨੰਦ ਦੇ ਵਿੱਚ ਜੀਂਦਾ ਉਹ ਬੰਦਾ ਉਹ ਬੱਚਾ ਆਪਣੀ ਐਜੂਕੇਸ਼ਨ ਦੇ ਵਿੱਚ ਜ਼ਿਆਦਾ ਵਧੀਆ ਇਨਪੁੱਟ ਦੇ ਸਕਦਾ ਜ਼ਿਆਦਾ ਵਧੀਆ ਢੰਗ ਨਾਲ ਪੜ੍ਹਾਈ ਕਰ ਸਕਦਾ। ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਧਿਆਨ ਦਾ ਇੱਕ ਰਿਜ਼ਲਟ ਇਕਾਗਰਤਾ ਦੇ ਤੌਰ 'ਤੇ ਵੀ ਆਉਂਦਾ ਜਿਹੜੇ ਬੱਚੇ ਧਿਆਨ ਪੂਰਨ ਆ ਜਿਹੜੇ ਬੰਦੇ ਬੱਚੇ ਧਿਆਨ ਦੀ ਪ੍ਰਕਿਰਿਆ ਨੂੰ ਜਾਣਦੇ ਆ ਕਿੱਦਾਂ ਧਿਆਨ ਪੂਰਨ ਹੋਣਾ ਉਹ ਆਪਣੀ ਪੜ੍ਹਾਈ ਦੇ ਵਿੱਚ ਵੀ ਐਕਸੈਲ ਕਰਦੇ ਆ ਵਧੀਆ ਰਿਜ਼ਲਟ ਦਿੰਦੇ ਆ। ਸੈਕੰਡ ਅੱਜ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ 'ਚ ਗਈ ਹੋਈ ਹੈ ਇਹ ਪੰਜਾਬ ਦੀ ਸਾਡੇ ਦੀ ਬਹੁਤ ਵੱਡੀ ਸਮੱਸਿਆ ਹੈ ਸਰਕਾਰਾਂ ਵੀ ਇਹਦੇ 'ਤੇ ਕੰਮ ਕਰ ਰਹੀਆਂ ਕਿੰਨੀਆਂ ਐਨ ਜੀ ਓਜ਼ ਇਹਦੇ ਦੁਆਲੇ ਲੱਗੀਆਂ ਵੀ ਕਿੱਦਾਂ ਔਰ ਹਰ ਘਰ ਦੀ ਇਹ ਇੱਕ ਚਿੰਤਾ ਦਾ ਵਿਸ਼ਾ ਆ ਹਰ ਇੱਕ ਮਨੁੱਖ ਦਾ ਜਿਹੜਾ ਜਾਗਰੂਕ ਮਨੁੱਖ ਆ ਉਹ ਇਹਦੇ ਲਈ ਚਿੰਤਤ ਆ ਇਸ ਚੀਜ਼ ਨੂੰ ਲੈ ਕੇ ਕਿ ਕਿੰਨੀਆਂ ਮੌਤਾਂ ਪੰਜਾਬ 'ਚ ਰੋਜ਼ ਨਸ਼ਿਆਂ ਦੇ ਕਾਰਨ ਹੁੰਦੀਆਂ। ਨਸ਼ਾ ਆਦਮੀ ਕਿਉਂ ਲੈਣਾ ਸ਼ੁਰੂ ਕਰਦਾ ਕਿਉਂਕਿ ਜੋ ਜੀਵਨ ਦੇ ਵਿੱਚ ਉਹ ਚਾਹੁੰਦਾ ਕਈ ਵਾਰੀ ਤਾਂ ਉਹਨੂੰ ਮਿਲਦਾ ਨਹੀਂ ਬੇਰੁਜ਼ਗਾਰੀ ਦੀ ਸਮੱਸਿਆ ਆ ਹੋਰ ਬਹੁਤ ਸਾਰੀਆਂ ਪ੍ਰਤੀਯੋਗਤਾ ਤੁਹਾਨੂੰ ਦੱਸਿਆ ਕਿੰਨੀ ਸਾਰੀ ਕੰਪੀਟੀਸ਼ਨ ਚੱਲ ਰਿਹਾ ਆ ਕੋਈ ਬੱਚਾ ਪਿੱਛੇ ਰਹਿ ਜਾਂਦਾ ਉਹਦੇ 'ਚ ਸੋ ਕਈ ਸਾਰੇ ਦੇ ਕਾਰਨ ਆ ਫਿਰ ਕਿਤੇ ਵਿਸ਼ੇਸ਼ ਸਮਾਂ ਕੱਢ ਕੇ ਇਹਦੇ 'ਤੇ ਚਿੰਤਨ ਕਰਾਂਗੇ ਆਪਾਂ ਇਹਦੇ 'ਤੇ ਵਿਚਾਰ ਕਰਾਂਗੇ ਲੇਕਿਨ ਮੁੱਖ ਤੌਰ 'ਤੇ ਤੁਹਾਨੂੰ ਮੈਂ ਕਹਿੰਦਾ ਵੀ ਇਹਦਾ ਇੱਕ ਬਹੁਤ ਵੱਡਾ ਕਾਰਨ ਜਿਹੜਾ ਨਸ਼ਿਆਂ ਦਾ ਇੱਕ ਤਣਾਓ ਹੈ ਉਹ ਤਣਾਓ ਨੂੰ ਅਸੀਂ ਰਿਲੀਜ਼ ਕਰਨ ਵਾਸਤੇ ਉਹ ਤੋਂ ਮੁਕਤੀ ਪਾਉਣ ਵਾਸਤੇ ਆਦਮੀ ਨਸ਼ਿਆਂ ਦੀ ਸ਼ਰਨ 'ਚ ਚਲਿਆ ਜਾਂਦਾ। ਆਮ ਤੌਰ 'ਤੇ ਆਪਣੇ ਦੇਖਦੇ ਹਾਂ ਆਪਾਂ ਘਰਾਂ ਦੇ ਵਿੱਚ ਸਮਾਜ ਦੇ ਵਿੱਚ ਕਿ ਲੋਕ ਸ਼ਾਮ ਨੂੰ ਬਹੁਤ ਸਾਰੇ ਲੋਕਾਂ ਨੂੰ ਸ਼ਾਮ ਨੂੰ ਨਸ਼ਾ ਕੀਤੇ ਬਗੈਰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਉਹ ਨੀਂਦ 'ਚ ਨਹੀਂ ਜਾ ਪਾਉਂਦੇ ਤਾਂ ਸਾਰੀ ਦਿਹਾੜੀ ਤਣਾਓ 'ਚ ਰਹਿੰਦੇ ਆ ਇਸ ਕਰਕੇ ਉਹ ਨਸ਼ਾ ਕਰਦੇ ਆ। ਲੇਕਿਨ ਧਿਆਨ ਦੀ ਪ੍ਰਕਿਰਿਆ ਨਾਲ ਜੁੜਨ ਨਾਲ ਵੈਸੇ ਹੀ ਬੰਦਾ ਧਿਆਨ ਤੋਂ ਮੁਕਤ ਤਣਾਓ ਤੋਂ ਮੁਕਤ ਰਹਿੰਦਾ ਕਿਸੇ ਤਰ੍ਹਾਂ ਦਾ ਤਣਾਓ ਉਹਦੇ ਨੇੜੇ ਫਟਕਦਾ ਨਹੀਂ ਅਤੇ ਉਹ ਆਪਣੇ ਆਤਮਾ ਦੇ ਆਨੰਦ 'ਚ ਹੀ ਇੱਦਾਂ ਡੁੱਬਿਆ ਰਹਿੰਦਾ ਕਿ ਉਹ ਦੂਸਰੇ ਬਾਹਰ ਦੇ ਨਸ਼ੇ ਵੱਲ ਨੂੰ ਮੂੰਹ ਵੀ ਨਹੀਂ ਕਰਦਾ। ਸੋ ਅਗਰ ਪੰਜਾਬ ਚਾਹੁੰਦਾ ਕਿ ਇਹ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਇੱਕ ਬਹੁਤ ਵੱਡੇ ਧਿਆਨ ਦੇ ਅੰਦੋਲਨ ਦੀ ਜ਼ਰੂਰਤ ਪਏਗੀ। ਘਰ ਘਰ ਤੱਕ ਇਹ ਜੋਤੀ 'ਚ ਪਹੁੰਚਣੀ ਚਾਹੀਦੀ ਆ ਧਿਆਨ ਦੀ।
ਸਾਰੇ ਬਿਲਕੁਲ ਟੈਸਟਡ ਐਂਡ ਟਰਸਟਡ ਚੀਜ਼ ਆ ਇਹ। ਬਹੁਤ ਸਾਰੇ ਲੋਕ ਜਿਹੜੇ ਧਿਆਨ ਦੀ ਪ੍ਰਕਿਰਿਆ ਨਾਲ ਜੁੜੇ ਆ ਜਿਹੜੇ ਕਿ ਨਸ਼ੇ ਕਰਦੇ ਹੁੰਦੇ ਸੀ ਔਰ ਉਹ ਇੱਕ ਸਤਿਗੁਰੂ ਸ਼ਿਵਰ ਲੈਂਦੇ ਹੁੰਦੇ ਆ ਉਹਦੇ ਵਿੱਚ ਇਹ 6 ਦਿਨ ਦਾ ਪ੍ਰੋਗਰਾਮ ਕਰਾਉਂਦੇ ਆ ਉਹ ਅਤੇ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਜੀਣਾ ਉਹਦੇ ਵਿੱਚ ਉਹ ਦੱਸਿਆ ਜਾਂਦਾ ਸਾਰਾ ਔਰ ਜਿੱਦਾਂ ਇਹ ਬੰਦਾ ਉਸ ਚੀਜ਼ ਨੂੰ ਜਾਣ ਲੈਂਦਾ ਕਿ ਮੈਂ ਆਪਣੇ ਜੀਵਨ ਨੂੰ ਕਿੱਦਾਂ ਪਲੈਨ ਕਰਨਾ ਕਿੱਦਾਂ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣਾ ਕਿੱਦਾਂ ਇਹਨੂੰ ਸ਼ਾਂਤੀਪੂਰਨ ਜੀਣਾ ਕਿੱਦਾਂ ਆਨੰਦਪੂਰਨ ਜੀਣਾ ਕਿੱਦਾਂ ਤਣਾਓ ਰਹਿਤ ਹੋ ਕੇ ਜੀਣਾ ਔਰ ਮੈਂ ਸਮਝਦਾ ਵੀ ਅਸੀਂ ਨਿਸ਼ਚਿਤ ਤੌਰ 'ਤੇ ਅਸੀਂ ਨਸ਼ਿਆਂ ਦੇ ਕੋਹੜ ਤੋਂ ਮੁਕਤੀ ਪਾ ਸਕਦੇ ਹਾਂ ਪੰਜਾਬ ਇਹਦੇ ਤੋਂ ਛੁਟਕਾਰਾ ਪਾ ਸਕਦਾ ਔਰ ਧਿਆਨ ਦਾ ਇੱਕ ਬਹੁਤ ਵੱਡਾ ਇੱਕ ਯੋਗਦਾਨ ਹੋ ਸਕਦਾ ਔਰ ਇਹ ਜਿਹੜਾ ਮੈਂ ਤਾਂ ਕਹਿੰਦਾ ਵੀ ਆ ਜਿਹੜਾ ਫਗਵਾੜੇ ਦੇ ਵਿੱਚ ਧਿਆਨ ਦਾ ਮਹਾਂ ਸਤਸੰਗ ਹੋਣ ਜਾ ਰਿਹਾ ਸਤਿਗੁਰੂ ਆ ਰਹੇ ਆ ਇਹ ਇੱਕ ਬਹੁਤ ਵੱਡਾ ਮੀਲ ਦਾ ਪੱਥਰ ਸਾਬਤ ਹੋਊਗਾ ਔਰ ਮੈਂ ਇਹ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਤੁਸੀਂ ਉਪਰਾਲਾ ਕਰੋ ਇਸ ਚੀਜ਼ ਦਾ ਕਿ ਨੌਜਵਾਨ ਪੀੜ੍ਹੀ ਸਭ ਤੋਂ ਜ਼ਿਆਦਾ ਇਹਦੇ 'ਚ ਆਵੇ ਆਪਣੇ ਕੋਈ ਪ੍ਰਸ਼ਨ ਪੁੱਛਣਾ ਚਾਹੇ ਸਤਿਗੁਰੂ ਤੋਂ ਆਪਣੇ ਜੀਵਨ ਦੇ ਸੰਬੰਧ 'ਚ ਧਿਆਨ ਦੇ ਸੰਬੰਧ 'ਚ ਹੋਰ ਵੀ ਕਿਸੇ ਤਰ੍ਹਾਂ ਦਾ ਜੀਵਨ ਨਾਲ ਜੁੜਿਆ ਪ੍ਰਸ਼ਨ ਉਹਨਾਂ ਨੂੰ ਪੁੱਛਣ ਔਰ ਉਹਦਾ ਉੱਤਰ ਦਊਗੇ ਔਰ ਇਹ ਨਸ਼ਿਆਂ ਦੇ ਉੱਤੇ ਵੀ ਉਹ ਆਪਣਾ ਦੱਸਣਗੇ ਵੀ ਅਸੀਂ ਨਕਸ਼ਿਆਂ ਤੋਂ ਕਿੱਦਾਂ ਮੁਕਤੀ ਪਾ ਸਕਦੇ। ਦਰਸ਼ਕਾਂ ਨੂੰ ਦੱਸਦੇ ਹਾਂ ਕਿ ਜਿੰਨੇ ਵੀ ਉੱਥੇ ਪੁਆਇੰਟ ਜਿਹੜੇ ਡਿਸਕਸ ਹੋਣਗੇ ਉਹ ਸਾਰੇ ਪੁਆਇੰਟ ਸਾਡੀ ਜ਼ਿੰਦਗੀ ਦੇ ਨਾਲ ਜੋ ਮੇਲ ਖਾਂਦੇ ਹੋਣਗੇ ਕਿਉਂਕਿ ਅਸੀਂ ਉਹਨਾਂ ਜ਼ਿੰਦਗੀ ਦੇ ਵਿੱਚੋਂ ਗੁਜ਼ਰਦੇ ਹਾਂ ਤੇ ਉਹ ਪੁਆਇੰਟ ਸਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਨੇ ਤੇ ਬਾਕੀ ਉੱਥੇ ਇੱਕ ਸਮਾਂ ਵੀ ਹੋਏਗਾ ਜਿਹਦੇ ਵਿੱਚ ਤੁਸੀਂ ਸਵਾਲ ਜਵਾਬ ਕਰ ਸਕਦੇ ਤੇ ਉਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਤੁਹਾਨੂੰ ਉੱਥੇ ਪਹੁੰਚਣਾ ਪਏਗਾ ਤਾਂ ਕਿ ਤੁਸੀਂ ਫੇਸ ਟੂ ਫੇਸ ਆਪਣੇ ਸਵਾਲਾਂ ਦੇ ਜਿਹੜੇ ਆ ਬਹੁਤ ਸਾਰੇ ਜਵਾਬ ਆ ਉਹ ਤੁਸੀਂ ਲੈ ਸਕਦੇ ਹੋ ਤੇ ਨਾਲ ਦੀ ਨਾਲ ਸਰ ਲਾਸਟ ਦੇ ਵਿੱਚ ਮੈਂ ਜ਼ਰੂਰ ਪੁੱਛੂੰਗੀ ਕਿ ਤੁਸੀਂ ਜਿਹੜਾ ਇਸ ਮਹਾ ਸਤਸੰਗ ਹੋ ਰਿਹਾ ਇਹ ਤੁਹਾਨੂੰ ਕੀ ਲੱਗਦਾ ਕਿ ਸਮਾਜ ਨੂੰ ਤੁਸੀਂ ਕੀ ਕੰਟਰੀਬਿਊਟ ਕਰੋਗੇ? ਸਮਾਜ ਨੂੰ ਤਾਂ ਇਸ ਤਰ੍ਹਾਂ ਹੈ ਵੀ ਸੱਚ ਪੁੱਛੋ ਜਿਹੜਾ ਧਿਆਨ ਆ ਇਹ ਬੜਾ ਵਿਅਕਤੀਗਤ ਚੀਜ਼ ਹੈ ਜੀ ਔਰ ਵਿਅਕਤੀ ਜਿਹੜਾ ਇੱਕ ਸਮਾਜ ਦੀ ਇਕਾਈ ਹੈ ਜੀ ਇਹ ਵਿਅਕਤੀ ਨੂੰ ਫੋਕਸ ਕਰਕੇ ਚੀਜ਼ ਕੀਤੀ ਜਾਂਦੀ ਹੈ ਅਗਰ ਵਿਅਕਤੀ ਸ਼ਾਂਤ ਹੋ ਜਾਂਦਾ ਜਿਹੜਾ ਕਿ ਸਮਾਜ ਦੀ ਮੁੱਢਲੀ ਇਕਾਈ ਹੈ ਜੇ ਮੈਂ ਠੀਕ ਹੋ ਜਾਂਦਾ ਮੈਂ ਸ਼ਾਂਤ ਹੋ ਜਾਂਦਾ ਮੈਂ ਆਨੰਦਿਤ ਹੋ ਜਾਂਦਾ ਮੇਰੇ ਪਰਿਵਾਰ ਦਾ ਮਾਹੌਲ ਬਦਲ ਜਾਂਦਾ ਇੱਕ ਤਣਾਓ ਵਾਲਾ ਵਿਅਕਤੀ ਜਦੋਂ ਘਰ 'ਚ ਪਹੁੰਚਦਾ ਤਾਂ ਨੈਚੁਰਲੀ ਉਹ ਘਰ ਜਾ ਕੇ ਕਲੇਸ਼ ਕਰੂਗਾ ਆਪਣੇ ਬੱਚਿਆਂ ਨੂੰ ਪਰੇਸ਼ਾਨ ਕਰੂਗਾ ਪਤਨੀ ਨਾਲ ਝਗੜਾ ਕਰੂਗਾ ਔਰ ਜਦੋਂ ਇੱਕ ਸ਼ਾਂਤ ਵਿਅਕਤੀ ਸ਼ਾਂਤ ਚਿੱਤ ਵਿਅਕਤੀ ਹੋ ਜਾਂਦਾ ਉਹਦੇ ਘਰ ਦਾ ਮਾਹੌਲ ਬੜਾ ਵਧੀਆ ਬਣ ਜਾਂਦਾ ਜਿੱਥੇ ਉਹ ਵਰਕ ਪਲੇਸ 'ਤੇ ਜਿੱਥੇ ਉਹ ਕੰਮ ਕਰਦਾ ਆਪਣੇ ਆਫਿਸ 'ਚ ਕਰਦਾ ਜਾਂ ਆਪਣੀ ਫੈਕਟਰੀ 'ਚ ਕੰਮ ਕਰਦਾ ਜਾਂ ਆਪਣੇ ਬਿਜ਼ਨਸ 'ਚ ਕੰਮ ਕਰਦਾ ਉੱਥੇ ਦਾ ਮਾਹੌਲ ਅੱਛਾ ਹੋ ਜਾਂਦਾ ਇੱਕ ਸ਼ਾਂਤ ਵਿਅਕਤੀ ਉੱਥੇ ਦਾ ਮਾਹੌਲ ਵਧੀਆ ਬਣਾਉਣ 'ਚ ਸਹਿਯੋਗੀ ਹੁੰਦਾ ਸੋ ਇਸ ਤਰ੍ਹਾਂ ਜਦੋਂ ਵਿਅਕਤੀ ਠੀਕ ਹੁੰਦਾ ਤਾਂ ਵਿਅਕਤੀਆਂ ਦੇ ਨਾਲ ਹੀ ਸਮਾਜ ਨਿਰਮਿਤ ਹੁੰਦਾ ਤਾਂ ਇੱਕ ਸੰਭਾਵਨਾ ਪੈਦਾ ਹੁੰਦੀ ਹੈ ਵੀ ਸਮਾਜ ਦੇ ਵਿੱਚ ਜਿੱਦਾਂ ਬੁਰਾਈ ਫੈਲਦੀ ਹੈ ਬੁਰਾਈ ਆਪਣਾ ਆਪਣਾ ਫੈਲਾਵ ਕਰਦੀ ਹੈ ਇੱਦਾਂ ਅੱਛਾਈ ਵੀ ਆਪਣਾ ਫੈਲਾਵ ਕਰਦੀ ਹੈ ਔਰ ਲੋਕ ਹੋਰ ਪ੍ਰੇਰਿਤ ਹੋ ਕੇ ਫਿਰ ਧਿਆਨ ਦੀ ਪ੍ਰਕਿਰਿਆ ਨਾਲ ਜੁੜਨਗੇ ਤਾਂ ਹੌਲੀ 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 ਸਾਰੇ ਸਮਾਜ ਦੇ ਵਿੱਚ ਇੱਕ ਪੋਜ਼ਿਟਿਵ ਵਾਈਬ੍ਰੇਸ਼ਨ ਜਾਣਗੀਆਂ ਇੱਕ ਵਧੀਆ ਦਿਸ਼ਾ 'ਚ ਦੁਨੀਆ ਤੁਰੂਗੀ ਸਮਾਜ ਤੁਰੂਗਾ ਸੋ ਇਸ ਤਰ੍ਹਾਂ ਹੈ ਤਾਂ ਮਾਮਲਾ ਵਿਅਕਤੀਗਤ ਲੇਕਿਨ ਕਿਉਂਕਿ ਵਿਅਕਤੀਆਂ ਦਾ ਸਮੂਹ ਹੈ ਸਮਾਜ ਸੋ ਇਸ ਤਰ੍ਹਾਂ ਮੈਂ ਸਮਝਦਾ ਵੀ ਸਮਾਜ ਦੀ ਬੜੀ ਵੱਡੀ ਸੇਵਾ ਕੀਤੀ ਜਾ ਸਕਦੀ ਹੈ ਧਿਆਨ ਦੀ ਪ੍ਰਕਿਰਿਆ ਨਾਲ ਲੋਕਾਂ ਨੂੰ ਅਗਰ ਜੋੜਿਆ ਜਾ ਸਕੇ ਅੰਤ ਵਿੱਚ ਤੁਸੀਂ ਸਾਡੇ ਪਿਆਰੇ ਜੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਤਾਂ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਆਨੰਦਮਈ ਬਣਾ ਸਕਦੇ ਤਾਂ ਉਹ ਵੀ ਆ ਕੇ ਉਸ ਚੀਜ਼ ਦਾ ਲੁਤਫ ਜਿਹੜਾ ਉਠਾ ਸਕੇ ਬਸ ਇਹੀ ਕਹਿਣਾ ਚਾਹੂੰਗਾ ਕਿ ਬੜਾ ਸੁਭਾਗਿਆ ਮਿਲਿਆ ਇਸ ਤਰ੍ਹਾਂ ਦੇ ਆਯੋਜਨ ਬੜਾ ਐਫਰਟ ਮੰਗਦੇ ਆ ਬੜਾ ਪਲੈਨਿੰਗ ਮੰਗਦੇ ਆ ਔਰ ਇਹ ਸਾਡੇ ਫਗਵਾੜੇ ਦੀ ਧਰਤੀ ਨੂੰ ਇਹ ਸੁਭਾਗਾ ਮਿਲਿਆ ਸੁਭਾਗਿਆ ਮਿਲਿਆ ਸੋ ਸਾਰਿਆਂ ਨੂੰ ਬੇਨਤੀ ਕਰੂੰਗਾ ਸਾਰਿਆਂ ਨੂੰ ਕ੍ਰਮਬੱਧ ਪ੍ਰਾਰਥਨਾ ਕਰੂੰਗਾ ਕਿ ਵੱਧ ਤੋਂ ਵੱਧ ਜਿਹੜੇ ਜਗਿਆਸੂ ਲੋਕ ਆ ਜਿਹੜੇ ਧਿਆਨ ਨੂੰ ਜਾਣਨਾ ਚਾਹੁੰਦੇ ਆ ਸਮਾਧੀ ਦੇ ਵਿਗਿਆਨ ਨੂੰ ਜਾਣਨਾ ਚਾਹੁੰਦੇ ਆ ਸਵੈਮ ਨੂੰ ਜਾਣਨਾ ਚਾਹੁੰਦੇ ਆ ਉਹਦੇ ਲਈ ਪਹਿਲਾ ਕਦਮ ਹੋਊਗਾ ਸਵੈਮ ਦੀ ਦਿਸ਼ਾ ਦੇ ਵਿੱਚ ਸਤਸੰਗ ਸੋ ਸਾਰਿਆਂ ਦਾ ਸਵਾਗਤ ਹੈ ਵੱਧ ਤੋਂ ਵੱਧ ਲੋਕ ਜਿਹੜੇ ਜਗਿਆਸੂ ਹੈ ਖੋਜੀ ਹੈ ਉਹਨਾਂ ਨੂੰ ਆਮੰਤਰਣ ਹੈ ਸੋ
ਇੰਤਜ਼ਾਰ 'ਚ ਰਹਾਂਗੇ ਸਾਰਿਆਂ ਦੀ 'ਚ ਜੀ। ਸੋ ਜ਼ਰੂਰ ਆਓ। ਕਹਿੰਦੇ ਕਿ ਕੋਈ ਵੀ ਇਨਸਾਨ ਜਿਹੜਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਸ਼ਾਂਤੀ ਚੱਲ ਰਿਹਾ, ਕਿਉਂਕਿ ਜੇ ਕੋਈ ਗਰੀਬ ਹੈ ਤਾਂ ਉਹਨੂੰ ਫਿਕਰ ਹੈ ਕਿ ਉਹਨੇ ਰੋਟੀ ਕਿਵੇਂ ਕਮਾਉਣੀ ਹੈ ਅਤੇ ਕਿਵੇਂ ਆਪਣਾ ਪੇਟ ਪਾਲਣਾ। ਜੇ ਕੋਈ ਅਮੀਰ ਹੈ ਤਾਂ ਉਹਨੂੰ ਇਹ ਫਿਕਰ ਹੈ ਕਿ ਮੈਂ ਪੈਸਾ ਕਿੱਦਾਂ ਸਾਂਭਣਾ ਅਤੇ ਕਿੱਥੇ ਇਹਨੂੰ ਰੱਖਾਂ। ਹਰ ਕੋਈ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਉਲਝਿਆ ਪਿਆ, ਅਤੇ ਸੋ ਜੇ ਉਹਨਾਂ ਚੀਜ਼ਾਂ 'ਚੋਂ ਨਿਕਲਣਾ, ਜ਼ਿੰਦਗੀ ਨੂੰ ਸੱਚੀ ਜਿਉਣ ਦਾ ਤਰੀਕਾ ਸਮਝਣਾ, ਤਾਂ ਮੈਨੂੰ ਵੀ ਲੱਗਦਾ ਹੈ ਕਿ ਉਸ ਜਗ੍ਹਾ 'ਤੇ ਤੁਹਾਨੂੰ ਆਉਣਾ ਪਏਗਾ ਅਤੇ ਉੱਥੇ ਆਪਣੇ ਸਵਾਲਾਂ ਦੇ ਜਵਾਬ ਵੀ ਲੈਣੇ ਪੈਣਗੇ, ਅਤੇ ਬਹੁਤ ਸਾਰੇ ਬਿਨਾਂ ਪੁੱਛੇ ਸਵਾਲਾਂ ਦੇ ਬਹੁਤ ਸਾਰੇ ਜਵਾਬ ਜਿਹੜੇ ਤੁਹਾਨੂੰ ਉੱਥੋਂ ਮਿਲ ਜਾਣਗੇ। ਸੋ ਸਾਂਝ ਟੀਵੀ ਵੱਲੋਂ ਵੀ ਅਪੀਲ ਇਹੀ ਹੈ ਕਿ ਤੁਸੀਂ ਸਾਰੇ 1 ਸਤੰਬਰ ਨੂੰ ਕੋਨਿਕਾ ਰਿਸੋਰਟ ਪਹੁੰਚੋ, ਤਾਂ ਕਿ ਤੁਸੀਂ ਵੀ ਉਸ ਜ਼ਿੰਦਗੀ ਦਾ ਆਨੰਦ ਮਾਣ ਸਕੋ ਅਤੇ ਤੁਸੀਂ ਉਸ ਜ਼ਿੰਦਗੀ ਨੂੰ ਖੁਸ਼ਮਈ ਤਰੀਕੇ ਦੇ ਨਾਲ, ਢੰਗ ਦੇ ਨਾਲ ਜਿਉ ਸਕੋ। ਅਤੇ ਇਸ ਦੇ ਨਾਲ ਹੀ ਅਸੀਂ ਪ੍ਰਵੇਸ਼ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਮਾਂ ਕੱਢ ਕੇ ਸਾਡੇ ਵਿੱਚ ਆਏ। ਸਵੇਰੇ 10 ਵਜੇ, ਓਕੇ, 1 ਸਤੰਬਰ ਨੂੰ ਸਵੇਰੇ 10 ਵਜੇ ਸਤਸੰਗ ਦੀ ਸ਼ੁਰੂ ਹੈ। ਤਾਂ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੀਰਤੀ ਜੀ ਤੁਹਾਡਾ ਵੀ ਧੰਨਵਾਦ।